ਬੀਸੀ ਦੇ ਲੋਅਰ ਮੇਨਲੈਂਡ ਦੇ ਵਿੱਚ ਇੱਕ ਏਅਰਬੀਐਨਬੀ ਰੈਂਟਲ ਤੋਂ ਇੱਕ ਯੂਐਸ ਪਰਿਵਾਰ ਦਾ ਸਮਾਨ ਖੋਏ ਜਾਣ ਤੋਂ ਇੱਕ ਮਹੀਨੇ ਬਾਅਦ ਅਧਿਕਾਰੀਆਂ ਨੇ ਚੋਰੀ ਦੇ ਵਿੱਚ ਇੱਕ ਸ਼ੱਕੀ ਦੀ ਗ੍ਰਿਫਤਾਰੀ ਦਾ ਐਲਾਨ ਕੀਤਾ। ਇਹ ਘਟਨਾ 3 ਜੁਲਾਈ ਨੂੰ ਵਾਪਰੀ ਜਦੋਂ ਇੰਡੀਆਨਾ ਦੇ ਯਾਤਰੀ ਉੱਤਰੀ ਵੈਨਕੂਵਰ ਦੇ ਵਿੱਚ ਇੱਕ ਏਅਰਬੀਐਨਬੀ ਦੇ ਵਿੱਚ ਆਪਣੀਆਂ ਚੀਜ਼ਾਂ ਉਤਾਰੇ ਸਨ। ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਗਈ ਵੀਡੀਓ ਦੇ ਵਿੱਚ ਦੇਖਿਆ ਗਿਆ ਹੈ ਕਿ ਇੱਕ ਵਿਅਕਤੀ ਆਪਣੇ ਕੁਝ ਬੈਗਾਂ ਦੇ ਨਾਲ ਪਿਛਲੀ ਐਂਟਰੀ ਤੋਂ ਬਾਹਰ ਨਿਕਲ ਰਿਹਾ ਹੈ। ਪੀੜਤਾਂ ਦੇ ਵਿੱਚੋਂ ਇੱਕ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਅਸੀਂ ਸੈਲਾਨੀ ਹੋਣ ਦੇ ਨਾਤੇ ਬੇਬਸ, ਗੁੱਸੇ ਅਤੇ ਨਫ਼ਰਤ ਮਹਿਸੂਸ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਸੋਹਣੀਆਂ ਯਾਦਾਂ ਬਣਾਉਣੀਆਂ ਚਾਹੁੰਦੇ ਸੀ ਛੁੱਟੀਆਂ ਦੇ ਸਮੇਂ 'ਤੇ, ਪਰ ਇਹ ਬੁਰੀਆਂ ਯਾਦਾਂ ਦੇ ਨਾਲ ਛੱਡ ਗਏ ਹਾਂ। ਪਰਿਵਾਰ ਨੇ ਦੱਸਿਆ ਕਿ ਜਦੋਂ ਚੋਰੀ ਹੋਈ ਤਾਂ ਉਹਨਾਂ ਨੇ ਕਿਰਾਏ ਦੇ ਪਿਛਲੇ ਦਰਵਾਜ਼ੇ ਨੂੰ ਕੁਝ ਮਿੰਟਾਂ ਦੇ ਲਈ ਖੁੱਲ੍ਹਾ ਛੱਡ ਦਿੱਤਾ ਸੀ ਜਦੋਂ ਉਹ ਆਪਣਾ ਸਮਾਨ ਅੰਦਰ ਲੈ ਕੇ ਗਏ ਸਨ। ਮੰਗਲਵਾਰ ਨੂੰ ਉੱਤਰੀ ਵੈਨਕੂਵਰ RCMP ਨੇ ਪੁਸ਼ਟੀ ਕੀਤੀ ਹੈ ਕਿ ਅਧਿਕਾਰੀਆਂ ਨੇ 25 ਜੁਲਾਈ ਨੂੰ ਬ੍ਰੇਕ ਇਨ ਲਈ ਜ਼ਿੰਮੇਵਾਰ ਮੰਨੇ ਜਾਂਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸ਼ੱਕੀ ਨੂੰ ਫਿਲਹਾਲ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਅਤੇ ਅਕਤੂਬਰ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਤਿਆਰ ਕੀਤਾ ਗਿਆ ਹੈ ਅਤੇ ਹੁਣ ਤੱਕ ਕੋਈ ਦੋਸ਼ ਫਿਲਹਾਲ ਉਸ 'ਤੇ ਨਹੀਂ ਲਗਾਇਆ ਗਿਆ। ਫਿਲਹਾਲ ਅਮਰੀਕਾ ਤੋਂ ਆਏ ਪਰਿਵਾਰ ਦੇ ਲਈ ਇਹ ਦੁਖਦਾਈ ਘਟਨਾ ਸੀ। ਪੁਲਿਸ ਨੇ ਕਿਹਾ ਹੈ ਕਿ ਉਮੀਦ ਕਰਦੇ ਹਾਂ ਕਿ ਇਸ ਗ੍ਰਿਫਤਾਰੀ ਦੇ ਨਾਲ ਪਰਿਵਾਰ ਦੇ ਨਾਲ ਹੋਏ ਇਸ ਵਾਰਦਾਤ ਲਈ ਜਵਾਬ ਜ਼ਰੂਰ ਮਿਲ ਸਕੇ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਵੈਨਕੂਵਰ ਦੇ ਪ੍ਰਾਈਡ ਫੈਸਟੀਵਲ ਦੇ ਵਿੱਚ ਇੱਕ ਅਨਿਸ਼ਚਿਤ ਸਟਾਪ ਕੀਤਾ। ਟਰੂਡੋ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਕਿ ਵੈਨਕੂਵਰ ਪ੍ਰਾਈਡ ਜਿੱਥੋਂ ਇਹ ਸਭ ਸ਼ੁਰੂ ਹੋਇਆ, ਇਹਨੇ ਕਿਹਾ ਕਿ ਉਹਨਾਂ ਨੇ 9 ਸਾਲ ਪਹਿਲਾਂ ਸਾਲਾਨਾ ਸਮਾਗਮ ਤੋਂ ਆਪਣੀ 2015 ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰੇਡ ਦੇ ਵਿੱਚ ਕੁਝ ਦੇਰ ਲਈ ਸਿਰਫ ਪਹੁੰਚੇ ਨੇ, ਪਰ ਈਵੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਖੇਤਰ ਦੇ ਵਿੱਚ ਇੱਕ ਬਲੌਕ ਲਈ ਉਹਨਾਂ ਨੇ ਸੈਰ ਕੀਤੀ। ਹਾਲਾਂਕਿ ਪ੍ਰੋਪਰ ਪਰੇਡ ਦੇ ਵਿੱਚ ਸ਼ਾਮਿਲ ਨਹੀਂ ਹੋ ਪਾਏ, ਲੋਕਾਂ ਦੇ ਨਾਲ ਹੱਥ ਮਿਲਾਇਆ, ਸੈਲਫੀਆਂ ਲਈਆਂ। ਟਰੂਡੋ ਨੇ ਇੱਕ ਬਲੈਕ ਟੀ ਸ਼ਰਟ, ਸਤਰੰਗੀ ਖੰਭ ਦੀ ਇੱਕ ਤਸਵੀਰ ਪਾਈ ਹੋਈ ਸੀ ਅਤੇ ਸਲੇਟੀ ਪੈਂਟ ਅਤੇ ਕਾਲੇ ਸ਼ੂਜ਼ ਵੀ ਪਾਏ ਹੋਏ ਸੀ। ਇਹ ਫੋਟੋਆਂ ਹਰ ਕਿਤੇ ਨਸ਼ਰ ਕੀਤੀਆਂ ਜਾ ਰਹੀਆਂ ਨੇ। ਹਜ਼ਾਰਾਂ ਲੋਕ ਵੈਨਕੂਵਰ ਦੀ ਪਰੇਡ ਦੇ ਵਿੱਚ ਜਿਹੜਾ ਸ਼ਾਮਿਲ ਹੁੰਦੇ ਨੇ, ਜਿਸ ਦੇ ਵਿੱਚ ਵਾਈਬ੍ਰੈਂਟ ਫਲੋਟ, ਕਈ ਸਮੂਹ ਅਤੇ ਸੰਸਥਾਵਾਂ ਅਤੇ ਆਨੰਦਮਈ ਲੋਕ ਵੀ ਸ਼ਾਮਿਲ ਹੁੰਦੇ ਨੇ। ਟਰੂਡੋ ਦੀ ਦਿੱਖ ਉਦੋਂ ਆਈ ਜਦੋਂ ਉਹ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਲਿਬਰਲ ਚੋਣਾਂ ਦੇ ਵਿੱਚ ਕੰਜ਼ਰਵੇਟਿਵਸ ਤੋਂ ਪਿੱਛੇ ਚੱਲ ਰਹੇ ਨੇ। ਅਬਾਕਸ ਡੇਟਾ ਨੇ ਜੁਲਾਈ ਦੀ ਅਖੀਰ ਦੇ ਵਿੱਚ ਕਿਹਾ ਸੀ ਕਿ ਜੇਕਰ ਹੁਣੇ ਕੋਈ ਚੋਣ ਕਾਰਵਾਈ ਹੋ ਜਾਂਦੀ ਹੈ ਤਾਂ ਪ੍ਰਤੀਬੰਧ ਵੋਟਰਾਂ ਦੇ ਵਿੱਚੋਂ 42% ਕੰਜ਼ਰਵੇਟਿਵ ਨੂੰ ਹੀ ਵੋਟ ਪਾਉਣਗੇ, ਜਦੋਂ ਕਿ 23% ਲਿਬਰਲ ਨੂੰ ਵੋਟ ਪਾਉਣਗੇ। ਪੋਲਚਰ ਨੇ ਪਾਇਆ ਕਿ 20% ਨੇ ਕਿਹਾ ਕਿ ਉਹ NDP ਅਤੇ 4% ਗ੍ਰੀਨ ਨੂੰ ਵੋਟ ਪਾਉਣਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।